अज आपां दो नवीं एक्सरसाइजेज़ देखांगे। अगले तीन चार हफ्तों लई आपां बाहां दी एक्सरसाइजेज़ देखांगे। सो अज शुरू करते हैं बाइसैप्स दे नाल। बाइसैप्स जो अपनी बाह का मूला पासा हैगा आ, आह मसल नूं बाइसैप किया जांदा आ। अज आपां दो तरह दी बाइसैप्स एक्सरसाइज़ देखांगे। दोवें एक्सरसाइजेज़ दे लई आपां बारबेल यूज़ करांगे। सो पहली एक्सरसाइज़ हैगी आ बेसिक बारबेल कर्ल, ते फिर आपां इक एक्सरसाइज़ करांगे बारबेल दे नाल जिहनूं आपां 21s कहिंदे आ, जाने के 21 रेपिटेशन्स। पहली एक्सरसाइज बेसिक बारबेल कर्ल लई तुसी खड़े होना है, लत्तां नूं थोड़ी निया बेंड करके। हमेशा कोई भी एक्सरसाइज जदों बाहां नाल करी दी है तां टूई नूं प्रोटेक्ट करन लई लत्तां नूं थोड़ा जिहा बेंड रखना चाहिए आ। सो बाहां नूं सीधियां रख के साइडां ते बारबेल नूं आपदे लत्तां दे मूहरे रखदे होइआं तुसी उत्ते तिकर पूरी तरह लिआउणा है ते आपदी बाइसैप नूं फ्लैक्स करना है। बार नूं साह लैंदे होइआं ਤੁਸੀਂ ਉੱਪਰ ਨੂੰ ਬਾਰਬੈਲ ਨੂੰ ਚੁੱਕੋ, ਬਾਹਾਂ ਨੂੰ ਬੈਂਡ ਕਰਕੇ ਅਤੇ ਬਾਈਸੈਪ ਨੂੰ ਸਕੁਈਜ਼ ਕਰੋ, ਜ਼ੋਰ ਦੇ ਨਾਲ ਕੁੱਟੋ। ਥੱਲੇ ਲਿਆਉਂਦੇ ਹੋਏ ਆ ਬਾਹਾਂ ਨੂੰ ਪੂਰੀ ਤਰ੍ਹਾਂ ਸਿੱਧੀ ਕਰਨਾ ਆ। ਕਈ ਵਾਰੀ ਹੁੰਦਾ ਆਪਾਂ ਬਾਹਾਂ ਨੂੰ ਥੱਲੇ ਨੂੰ ਲਿਆਉਂਦੇ ਹਾਂ ਪਰ ਪੂਰੀ ਤਰ੍ਹਾਂ ਸਿੱਧੀ ਨਹੀਂ ਕਰਦੇ। ਸਿੱਧੀ ਕਰਨ ਦੇ ਨਾਲ ਤੁਹਾਡਾ ਮਸਲ ਸਟ੍ਰੈਚ ਹੋਊਗਾ ਅਤੇ ਉਸੇ ਤਰ੍ਹਾਂ ਬਾਈਸੈਪ ਲੰਬੀ ਬਣੂਗੀ ਅਤੇ ਜ਼ਿਆਦਾ ਵੱਡੀ ਬਣੂਗੀ ਅਤੇ ਖੂਨ ਉੱਥੇ ਤੱਕ ਪਹੁੰਚੂਗਾ। ਤੁਹਾਡੀ ਵੇਟ 'ਤੇ ਡਿਪੈਂਡ ਕਰਦਾ ਤੁਸੀਂ ਕਿੰਨੇ ਰੈਪੀਟੇਸ਼ਨਸ ਕਰੋ। ਜੇ ਤੁਸੀਂ 12 ਜਾਂ 15 ਰੈਪੀਟੇਸ਼ਨਸ ਕਰਨੇ ਆ ਆਫਕੋਰਸ ਤੁਹਾਡਾ ਭਾਰ ਹਲਕਾ ਹੋਊਗਾ। ਜੇ ਤੁਸੀਂ 8 ਜਾਂ 10 ਕਰਨੇ ਤਾਂ ਤੁਸੀਂ ਥੋੜ੍ਹਾ ਜਿਹਾ ਭਾਰਾ ਵੇਟ ਚੁੱਕ ਸਕਦੇ ਆ। ਸੋ 21s ਦੇ ਲਈ ਅਗੇਨ ਤੁਸੀਂ ਬਾਰਬੈਲ ਨੂੰ ਲੈਣਾ ਆ, ਥੋੜ੍ਹਾ ਜਿਹਾ ਹਲਕਾ ਭਾਰ ਚੁੱਕਣਾ ਬਿਕਾਜ਼ ਆਪਾਂ ਨੂੰ 21 ਰੈਪੀਟੇਸ਼ਨਸ ਕਰਨੇ ਪੈਣੇ ਆ। ਬਾਰਬੈਲ ਨੂੰ ਲੱਤਾਂ ਦੇ ਮੂਹਰੇ ਰੱਖਦੇ ਹੋਏ ਆ, ਪਹਿਲਾਂ 7 ਤੁਸੀਂ ਕਰਨੇ ਆ, ਅੱਧ ਤੱਕ ਲਿਆਉਣਾ ਬਾਰਬੈਲ ਨੂੰ। ਜਦੋਂ ਅੱਧ ਤੱਕ ਪਹੁੰਚ ਗਿਆ ਤੁਸੀਂ ਇਸ ਤਰ੍ਹਾਂ ਥੱਲੇ ਨੂੰ ਮੁੜ ਕੇ ਫੇਰ ਲਿਆਉਣਾ, 7 ਰੈਪੀਟੇਸ਼ਨਸ ਕਰਨੇ ਆ। ਸੋ ਦੂਸਰੇ 7 ਜਿਹੜੇ ਰੈਪੀਟੇਸ਼ਨਸ ਹੈਗੇ ਆ ਉਹ ਤੁਸੀਂ ਬਾਹ ਨੂੰ ਅੱਧ 'ਚ ਰੱਖਦੇ ਹੋਏ ਆ ਵਿਚਾਲੇ ਆਪਦੀ ਬਾਡੀ ਦੇ, ਫਿਰ ਉੱਤੇ ਤੱਕ ਲਿਆਉਣਾ ਆ ਅਤੇ ਸਿਰਫ ਅੱਧ ਤੱਕ ਮੋੜ ਕੇ ਲਿਆਉਣਾ ਆ, ਥੱਲੇ ਤੱਕ ਨਹੀਂ ਜਾਣਾ, ਸਿਰਫ ਅੱਧ ਤੱਕ। ਆਖਰੀ ਜਿਹੜੇ 7 ਰੈਪੀਟੇਸ਼ਨਸ ਹੈਗੇ ਆ ਉਹ ਹੈਗੇ ਆ ਆਮ ਬੇਸਿਕ ਬਾਰਬੈਲ ਵੱਲੋਂ, ਜਿਵੇਂ ਆਪਾਂ ਪਹਿਲਾਂ ਦਿਖਾਇਆ ਸੀਗਾ, ਪੂਰੀ ਤਰ੍ਹਾਂ ਥੱਲੇ ਨੂੰ ਆਉਂਦੇ ਹੋਏ ਆ, ਫਿਰ ਪੂਰੀ ਤਰ੍ਹਾਂ ਉੱਪਰ ਨੂੰ ਆਉਂਦੇ ਹੋਏ ਆ। ਸੋ 7 7 7 ਹੋ ਗਏ ਆਪਣੇ 21। ਸੋ ਇਹ ਹੈਗੇ 21s। ਦੋਵੇਂ ਬਾਰਬੈਲ ਐਕਸਰਸਾਈਜ਼ ਕਰਦੇ ਹੋਏ ਬਹੁਤ ਜ਼ਰੂਰੀ ਆ ਕਿ ਤੁਸੀਂ ਆਪਦੇ ਪੋਸਚਰ ਨੂੰ ਠੀਕ ਰੱਖੋ, ਆਪਦੀ ਬਾਡੀ ਨੂੰ ਮੂਰ ਨੂੰ ਅਤੇ ਪਿੱਛੇ ਨੂੰ ਨਾ ਹਿਲਾਵੋ। ਜਿੰਨਾ ਵੀ ਇੱਕ ਥਾਂ ਖੜ੍ਹ ਕੇ ਕਰ ਸਕੋ ਐਕਸਰਸਾਈਜ਼ ਇਹ ਬੈਸਟ ਆ, ਆਪਦੇ ਢਿੱਡ ਨੂੰ ਹਮੇਸ਼ਾ ਅੰਦਰ ਨੂੰ ਰੱਖਿਓ। ਸੋ ਇਹ ਸੀਗੀਆਂ 2 ਬਾਈਸੈਪ ਦੀਆਂ ਐਕਸਰਸਾਈਜ਼ਸ। ਅਗਲੇ ਹਫ਼ਤੇ ਆਪਾਂ ਹੋਰ ਨਵੀਆਂ ਬਾਹਾਂ ਦੀਆਂ ਐਕਸਰਸਾਈਜ਼ਸ ਦੇਖਾਂਗੇ। ਉਦੋਂ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਹੈਲਥ।